ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਪਿਛਲੇ ਸਾਲ ਹੋਏ ਸੋਨੇ ਦੀ ਚੋਰੀ ਦੇ ਵਿੱਚ ਕਥਿਤ ਭੂਮਿਕਾ ਨਿਭਾਉਣ ਵਾਲਾ ਏਅਰ ਕੈਨੇਡਾ ਦਾ ਸਾਬਕਾ ਮੈਨੇਜਰ ਖੁਦ ਨੂੰ ਪੁਲਿਸ ਦੇ ਸਾਹਮਣੇ ਕਰਨ ਦੀ ਤਿਆਰੀ ਕਰ ਰਿਹਾ ਹੈ। ਅਪ੍ਰੈਲ 2023 ਦੇ ਵਿੱਚ ਟੋਰਾਂਟੋ ਏਅਰਪੋਰਟ ਤੋਂ ਹੋਈ $20 million ਤੋਂ ਵੱਧ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਸਿਮਰਨਪ੍ਰੀਤ ਪਨੇਸਰ ਵਾਂਟਡ ਹੈ। ਉਸਦੇ ਵਕੀਲ ਗੈਗ ਲਾਫੋਂਟੇਨ ਨੇ ਇੱਕ ਜਾਣਕਾਰੀ ਦੇ ਮੁਤਾਬਕ ਇਹ ਬਿਆਨ ਦਿੱਤਾ ਹੈ ਕਿ ਪਨੇਸਰ ਨੂੰ ਕੈਨੇਡੀਅਨ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਉਹਨਾਂ ਕਿਹਾ ਕਿ ਜਦੋਂ ਇਹ ਮੁਕੱਦਮਾ ਖਤਮ ਹੋਵੇਗਾ ਤਾਂ ਪਨੇਸਰ ਕਿਸੇ ਵੀ ਗੜਬੜੀ ਤੋਂ ਮੁਕਤ ਹੋ ਜਾਵੇਗਾ। ਪੁਲਿਸ ਅਨੁਸਾਰ ਪਨੇਸਰ ਨੇ ਪਿਛਲੀਆਂ ਗਰਮੀਆਂ ਦੌਰਾਨ ਆਪਣੀ ਨੌਕਰੀ ਛੱਡ ਦਿੱਤੀ ਅਤੇ ਗਾਇਬ ਹੋ ਗਿਆ ਸੀ। ਪਨੇਸਰ ਅਤੇ 8 ਹੋਰ ਵਿਅਕਤੀਆਂ ਦੇ ਖਿਲਾਫ਼ ਇਸ ਸਾਲ ਅਪ੍ਰੈਲ ਦੇ ਵਿੱਚ ਦੋਸ਼ਾਂ ਦਾ ਐਲਾਨ ਕੀਤਾ ਗਿਆ ਸੀ। ਲਾਫੋਂਟੇਨ ਨੇ ਕਿਹਾ ਹੈ ਕਿ ਪਨੇਸਰ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਉਹ ਦੋਸ਼ਾਂ ਦੇ ਲਈ ਕੈਨੇਡਾ ਦੇ ਵਿੱਚ ਲੋੜੀਂਦਾ ਹੈ ਤਾਂ ਪਨੇਸਰ ਨੇ ਤੁਰੰਤ ਉਹਦੇ ਨਾਲ ਸੰਪਰਕ ਕੀਤਾ। ਵਕੀਲ ਲਾਫੋਂਟੇਨ ਨੇ ਫਿਰ ਪੁਲਿਸ ਅਤੇ ਸਰਕਾਰੀ ਵਕੀਲ ਦੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਪਨੇਸਰ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਖੁਦ ਹੀ ਵਾਪਸ ਆਉਣ ਦੀ ਤਿਆਰੀ ਕਰ ਰਿਹਾ ਹੈ। ਲਾਫੋਂਟੇਨ ਨੇ ਕਿਹਾ ਕਿ ਉਹ ਆਪਣੀ ਪੂਰੀ ਨਿਰਦੋਸ਼ਤਾ ਜ਼ਾਹਰ ਕਰਨ ਦਾ ਮੌਕਾ ਮਿਲਣ ਲਈ ਫਿਕਰਮੰਦ ਹੈ। ਵਕੀਲ ਲਾਫੋਂਟੇਨ ਨੇ ਕਿਹਾ ਕਿ ਪਨੇਸਰ ਕੈਨੇਡਾ ਪਰਤਣ ਦੀ ਤਿਆਰੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਆਪਣੇ ਕੰਮ ਨਿਬੇੜ ਰਿਹਾ ਹੈ। ਉਹਨਾਂ ਸੁਰੱਖਿਆ ਦੀਆਂ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਇਹ ਨਹੀਂ ਦੱਸਿਆ ਕਿ ਪਨੇਸਰ ਕਿੱਥੇ ਹੈ, ਪਰ ਰਿਪੋਰਟ ਦੀ ਜਾਂਚ ਇਹ ਕਹਿ ਰਹੀ ਹੈ ਕਿ ਉਹ ਆਪਣੀ ਪਤਨੀ ਪ੍ਰੀਤੀ ਪਨੇਸਰ ਦੇ ਨਾਲ ਭਾਰਤ ਦੇ ਵਿੱਚ ਰਹਿ ਰਿਹਾ ਹੈ। ਇਹਨਾਂ ਹੀ ਨਹੀਂ ਮੰਨਿਆ ਜਾ ਰਿਹਾ ਕਿ ਪ੍ਰੀਤੀ ਵੀ ਚੋਰੀ ਦੇ ਵਿੱਚ ਸ਼ਾਮਿਲ ਸੀ। 17 ਅਪ੍ਰੈਲ 2023 ਨੂੰ ਏਅਰ ਕੈਨੇਡਾ ਦੀ ਕਾਰਗੋ ਕੰਪਾਊਂਡ 'ਚੋਂ $20 million ਦੀਆਂ ਸ਼ੁੱਧ ਸੋਨੇ ਦੀਆਂ 6,600 ਇੱਟਾਂ ਅਤੇ $2.5 million ਦੀ ਵਿਦੇਸ਼ੀ ਕਰੰਸੀ ਚੋਰੀ ਹੋ ਗਈ ਸੀ। ਇਹ ਸਮਾਨ ਜਿਓਰਕ ਤੋਂ ਇੱਕ ਫਲਾਈਟ ਦੇ ਵਿੱਚ ਟੋਰਾਂਟੋ ਪਹੁੰਚਿਆ ਸੀ। 5 ਟਨ ਵਾਲਾ ਡਿਲੀਵਰੀ ਟਰੱਕ ਚੱਲ ਰਿਹਾ ਇੱਕ ਆਦਮੀ ਕੰਪਾਊਂਡ ਤੱਕ ਪਹੁੰਚਿਆ ਤੇ ਇੱਕ ਜਾਇਜ਼ ਏਅਰਵੇ ਬਿੱਲ ਪੇਸ਼ ਕਰਕੇ ਗੋਦਾਮ ਦੇ ਵਿੱਚ ਦਾਖਲ ਹੋ ਗਿਆ। ਏਅਰਵੇ ਬਿੱਲ ਆਮ ਤੌਰ ਤੇ ਸਮਾਨ ਦੇ ਵੇਰਵਿਆਂ ਦੇ ਨਾਲ ਏਅਰਲਾਈਨ ਦੁਆਰਾ ਜਾਰੀ ਕੀਤਾ ਜਾਂਦਾ ਹੈ। ਫਿਰ ਸੋਨਾ ਤੇ ਨਕਦੀ ਟਰੱਕ ਤੇ ਲੱਦ ਦਿੱਤਾ ਗਿਆ ਤੇ ਡਰਾਈਵਰ ਕਾਰਗੋ ਕੰਪਾਊਂਡ ਤੋਂ ਬਾਹਰ ਨਿਕਲ ਗਿਆ। ਪੁਲਿਸ ਨੇ ਬਾਅਦ ਵਿੱਚ ਪਾਇਆ ਕਿ ਏਅਰਵੇ ਬਿੱਲ ਅਸਲ ਦੇ ਵਿੱਚ ਇੱਕ ਦਿਨ ਪਹਿਲਾਂ ਡਿਲੀਵਰ ਕੀਤੇ ਗਏ ਭੋਜਨ ਦੀ ਇੱਕ ਸ਼ਿਪਮੈਂਟ ਦਸਤਾਵੇਜ਼ ਦਾ ਡੁਪਲੀਕੇਟ ਸੀ। ਉਹਨਾਂ ਕਿਹਾ ਕਿ ਇਹ ਏਅਰ ਕੈਨੇਡਾ ਦੀ ਕਾਰਗੋ ਫੈਸਿਲਿਟੀ ਦੇ ਵਿੱਚ ਛਾਪਿਆ ਗਿਆ ਸੀ। ਜਦੋਂ ਪੀਲ ਰੀਜਨਲ ਪੁਲਿਸ ਨੇ ਦੋਸ਼ਾਂ ਦਾ ਐਲਾਨ ਕੀਤਾ ਸੀ ਤਾਂ ਪਨੇਸਰ ਅਤੇ 2 ਹੋਰ ਸ਼ੱਕੀਆਂ ਦੇ ਖਿਲਾਫ ਕੈਨੇਡਾ ਵਿਆਪੀ ਵਾਰੰਟ ਜਾਰੀ ਕੀਤੇ ਗਏ ਸਨ। ਇੱਕ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਮੁਤਾਬਕ ਵੈਨਕੂਵਰ ਦੇ ਵਿੱਚ ਮਕਾਨਾਂ ਦੀ ਜਿਹੜੀ ਕਿਰਾਏ ਦੀ ਕੀਮਤ ਹੈ ਉਹ ਪਿਛਲੇ ਸਾਲ ਦੇ ਨਾਲੋਂ ਘਟੀ ਹੈ। ਇਸ ਦੀ ਰਿਪੋਰਟ ਇੱਕ ਆਨਲਾਈਨ ਪਲੇਟਫਾਰਮ ਦੇ ਦੁਆਰਾ ਸਾਹਮਣੇ ਆਈ ਹੈ। ਕੁਝ ਲੋਕ ਵਿਚਾਰ ਕਰ ਰਹੇ ਨੇ ਕਿ ਇਸ ਨੂੰ ਮਕਾਨ ਵੇਚਣ ਤੇ ਖਰੀਦਣ ਵਾਲਿਆਂ ਲਈ ਅਚਾਨਕ ਆਈ ਚੰਗੀ ਖਬਰ ਮੰਨਿਆ ਜਾ ਰਿਹਾ ਹੈ। ਨਾਲ ਹੀ ਇਹ ਕਾਰਨ ਵੀ ਦੇਖੇ ਜਾ ਰਹੇ ਨੇ ਕਿ ਇਸ ਦੇ ਕਾਰਨ ਕੀ ਨੇ। ਰਿਪੋਰਟ ਜਿਹੜੀ ਆਈ ਹੈ ਉਸ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਨਵੇਂ ਘਰਾਂ ਦੀ ਉਸਾਰੀ ਹੋਣਾ ਵੀ ਇਸਦਾ ਕਾਰਨ ਇੱਕ ਮੰਨਿਆ ਜਾ ਸਕਦਾ ਹੈ। ਫਿਲਹਾਲ ਸ਼ਹਿਰ ਦੇ ਵਿੱਚ ਇੱਕ ਬੈਡਰੂਮ ਦੀ ਜਿਹੜੀ ਕੀਮਤ ਹੈ ਉਹ ਹੁਣ $2,650 ਹੈ। ਪਿਛਲੇ ਸਾਲ ਇਸ ਸਮੇਂ ਨਾਲੋਂ 1.9% ਨਾਲੋਂ ਤਾਂ ਕਿਤੇ ਘੱਟ ਹੈ। ਇੱਕ 2 ਬੈਡਰੂਮ ਜਿਹੜੇ ਔਸਤਨ $3,800 ਪ੍ਰਤੀ ਮਹੀਨਾ ਨੇ, ਜੋ ਕਿ 1.3% ਵਧਿਆ ਹੈ। ਵੈਨਕੂਵਰ ਤੋਂ ਇਲਾਵਾ ਸਿਖਰਲੇ ਜਿਹੜੇ 10 ਦੇ ਵਿੱਚੋਂ ਕਿਸੇ ਹੋਰ ਮਾਰਕੀਟ ਦੇ ਵਿੱਚ ਇੱਕ ਬੈਡਰੂਮ ਲਈ ਸਾਲਾਨਾ ਦਰਾਂ ਜਿਹੜੀਆਂ ਉਹ ਨੈਗੇਟਿਵ ਨਹੀਂ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਕਿਰਾਏ ਲਈ ਕੈਨੇਡਾ ਵਿੱਚ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਤੇ ਇਸ ਤੋਂ ਬਾਅਦ ਟੋਰਾਂਟੋ ਤੇ ਬਰਨਵੀ ਦਾ ਨੰਬਰ ਆਉਂਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।